ਖੱਦਰ ਪੋਸਟਾਂ ਲੈ ਕੇ ਜਾ ਦੀਆਂ ਦਾ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੇ ਇਗਜ਼ਾਮ ਕੰਡਕਟ ਕਰਾਇਆ ਸੀ ਜਨਰਲ ਇਗਜ਼ਾਮੀਨੇਸ਼ਨ ਉਸ ਦੀ ਸਿਲੈਕਸ਼ਨ ਦਾ ਰਿਜ਼ਲਟ ਜਿਹੜਾ 8 ਸਤੰਬਰ ਨੂੰ ਦੇ ਹੋਇਆ ਕੋਰੋਨਾ ਦੀ ਰਿਕਮੈਂਡੇਸ਼ਨ ਜਿਹੜੀ ਹੈ ਉਹ ਸਟੇਟ ਗਵਰਨਮੈਂਟ ਨੂੰ ਭੇਜ ਦਿੱਤੀ ਗਈ ਫੋਰ ਇਸ਼ੂ ਆਫ ਅਪਾਇੰਟਮੈਂਟ ਲੈਟਰਸ ਲੇਕਿਨ ਜਿਸ ਤਰ੍ਹਾਂ ਆਪ ਵੀ ਪਤਾ ਹੈ ਕਿ ਇਹਨਾਂ ਦੀ ਸਿਲੈਕਸ਼ਨ ਦੇ ਸੰਬੰਧ ਦੇ ਵਿੱਚ ਕੁਛ ਮੀਡੀਆ ਦੇ ਰਿਪੋਰਟਸ ਵੀ ਸੀ ਕਿ ਕੁਛ ਬੰਦੇ ਕਿਸੇ ਗਾਮ ਤੋਂ ਦੇਰ ਹੋ ਗਏ ਟੋਪ ਕਰਕੇ ਕੁਛ ਕਿਸੇ ਏਰੀਏ ਦੇ ਬਹੁਤ ਜ਼ਿਆਦਾ ਕੈਂਡੀਡੇਟ ਸਿਲੈਕਟ ਹੋ ਗਏ ਅਤੇ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਡੀ ਪੰਜਾਬ ਪੁਲਿਸ ਦੀ ਪਟਿਆਲਾ ਪੁਲਿਸ ਅਤੇ ਸਾਡੀ ਕਾਊਂਟਰ ਇੰਟੈਲੀਜੈਂਸ ਡਾਕਟਰ ਸਿਮਰਤ ਕੌਰ ਏ ਆਈ ਜੀ ਕਾਊਂਟਰ ਇੰਟੈਲੀਜੈਂਸ ਪਟਿਆਲਾ ਇਹਨਾਂ ਦੀ ਸਪੈਸ਼ਲਾਈਜ਼ ਟੀਮ ਜਿਨ੍ਹਾਂ ਨੇ ਬੜਾ ਸੀਕ੍ਰੈਟਲੀ ਅਤੇ ਬੜਾ ਇੰਟੈਲੀਜੈਂਟਲੀ ਟੈਕਨੀਕਲ ਗਰਾਊਂਡ 'ਤੇ ਇਸ ਕੇਸ ਨੂੰ ਵਰਕਆਊਟ ਕੀਤਾ ਇਸ ਸੰਬੰਧ ਦੇ ਵਿੱਚ ਅਸੀਂ ਇਹ ਕੋਤਵਾਲੀ ਥਾਣੇ ਵਿੱਚ ਐਫ ਆਈ ਆਰ ਰਜਿਸਟਰ ਕੀਤੀ ਹੈ ਔਰ 5 ਅਕਿਊਜ਼ਡ ਜਿਹੜੇ ਅਸੀਂ ਅਰੈਸਟ ਕੀਤੇ ਹੈ ਉਹ ਜਿਹੜੇ 5 ਅਕਿਊਜ਼ਡ ਨੇ ਉਹਨਾਂ ਦੀ ਇੰਟੈਲੀਗੇਸ਼ਨ ਦੇ ਵਿੱਚੋਂ ਜਿਹੜੀ ਚੀਜ਼ ਲਵੰਜ ਹੋਈ ਹੈ ਉਹ ਅਸੀਂ ਮੀਡੀਆ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਕਿ ਇਲੈਕਟ੍ਰੋਨਿਕ ਡਿਵਾਈਸਿਸ ਦੇ ਨਾਲ ਇਹ ਸਾਰੀ ਫਰੌਡਨੈਟ ਔਰ ਬੈਡ ਪ੍ਰੈਕਟਿਸ ਦੇ ਨਾਲ ਕੁਛ ਕੈਂਡੀਡੇਟਸ ਨੂੰ ਐਗਜ਼ਾਮ ਕਰਵਾਇਆ ਗਿਆ ਔਰ ਇਸ ਬੈਡ ਪ੍ਰੈਕਟਿਸ ਲਈ ਉਹਨਾਂ ਦੀ ਸਿਲੈਕਸ਼ਨ ਹੋਈ ਉਸਦੀ ਬੋਨਸ ਪ੍ਰੈਡੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਕਿ ਇਹ ਜਿਹੜੇ ਅਕਿਊਜ਼ ਨੇ ਵਿੱਚੋਂ 3 ਪਟਿਆਲੇ ਦੇ ਇੱਕ ਹਰਿਆਣਾ ਦਾ ਕੁਰੂਕਸ਼ੇਤਰਾ ਦਾ ਇੱਕ ਜੀਤ ਹੈ ਇਹਨਾਂ ਦੇ ਨਾਮ ਸਾਡੇ ਰੈਸਟੋਰੈਂਟ ਦੇ ਵਿੱਚ ਦੱਸੇ ਹੋਏ ਤੁਹਾਡੇ ਕੋਲ ਇਹਨਾਂ ਨੇ ਕੈਂਡੀਡੇਟਸ ਨੂੰ ਫਰਮਾਇਆ ਕਿ ਅਸੀਂ ਤੁਹਾਡਾ ਨੈਪਸੀ ਦਾ ਵੀ ਸਿਲੈਕਸ਼ਨ ਕਰਾਉਣੇ ਹਾਂ ਡੀਲ ਸਟਾਰਟ ਕੀਤੀ ਇਹਨਾਂ ਨਾਲ ਕਿ 22 ਲੱਖ ਰੁਪਇਆ ਅਸੀਂ ਚਾਰਜ ਕਰਾਂਗੇ ਤੁਹਾਨੂੰ ਅਸੀਂ ਸਾਰਾ ਪੇਪਰ ਕਰਾਵਾਂਗੇ ਤੁਹਾਡੀ ਸਿਲੈਕਸ਼ਨ ਤੋਂ ਬਾਅਦ ਕੁਛ ਪੈਸੇ ਐਡਵਾਂਸ ਲਏ ਕੁਛ ਬਾਅਦ ਲਵਾਂਗੇ ਮੋਡਲ ਸਟੱਡੀ ਕੀ ਸੀ ਕਿ ਇਹਨਾਂ ਨੇ ਕੁਛ ਫਾਰਮ ਭਰਾ ਕੇ ਡਮੀ ਕੈਂਡੀਡੇਟਸ ਤੋਂ ਐਗਜ਼ਾਮੀਨੇਸ਼ਨ ਆਪ ਦਾ ਰੁਕਵਾਇਆ ਜਿਨ੍ਹਾਂ ਦੇ ਕੋਲ ਪਿਨ ਕੈਮਰਾ ਸੀਗੇ ਜਿਹਦੇ ਲਈ ਸਾਰਾ ਕੁਸ਼ਚਨ ਪੇਪਰ ਜਿਹੜਾ ਇਹਨਾਂ ਦੇ ਹਰਿਆਣੇ ਦੇ ਵਿੱਚ ਪ੍ਰੀ ਰਿਟਾਇਰਮੈਂਟ ਪੈਟਰੋਲ ਰੂਮ ਦੇ ਵਿੱਚ ਸਾਰਾ ਦਾ ਸਾਰਾ ਕੁਸ਼ਚਨ ਪੇਪਰ ਪਹੁੰਚ ਗਿਆ ਉੱਥੇ ਇਹਨਾਂ ਨੇ ਟੀਚਰ ਪ੍ਰੋਫੈਸਰ ਐਕਸਪਰਟਸ ਬਿਠਾਏ ਹੋਏ ਸੀ ਜਿਨ੍ਹਾਂ ਨੇ ਜਿਹਦੇ ਮਿਨਟ ਸਾਰਾ ਪੇਪਰ ਸੋਲਵ ਕਰਕੇ ਉਹਦੀ ਕੀ ਬਣਾ ਦਿੱਤੀ ਉਸ ਬਾਅਦ ਜਿਹੜੀ ਕੈਂਡੀਡੇਟਸ ਨਾਲ ਇਹਨਾਂ ਦੀ ਸੈਟਿੰਗ ਸੀ ਉਹਨਾਂ ਨੂੰ ਇਹਨਾਂ ਨੇ GSM ਇਕਵਿਪਮੈਂਟ ਦਿੱਤੀ ਹੈ ਇਟਸ ਇਲੈਕਟ੍ਰੋਨਿਕ ਡਿਵਾਈਸ ਜਿਹੜਾ ਮੋਬਾਈਲ ਨਹੀਂ ਹੈ ਲੇਕਿਨ ਮੋਬਾਈਲ ਵਰਗੀ ਹੈ ਪੂਰੀ ਫ੍ਰੀ ਬੈਟਰੀ ਚਾਰਜ ਹੈ ਜਿਹਦੇ ਵਿੱਚ ਸਿਮ ਪੈ ਜਾਂਦਾ ਹੈ ਜਿਹੜੇ ਕੈਂਡੀਡੇਟਸ ਇਹਨਾਂ ਨੇ ਜਿਹਨਾਂ ਨਾਲ ਸੈਟਿੰਗ ਸੀ ਉਹਨਾਂ ਨੇ 2-2 ਸਿਮ ਔਰ ਇੱਕ ਇੱਕ ਨਵਾਂ ਮੋਬਾਈਲ ਫੋਨ ਲੈ ਕੇ ਆ ਗਏ ਇੱਕ ਸਿਮ GSM ਇਕਵਿਪਮੈਂਟ ਦੇ ਵਿੱਚ ਪਾਇਆ ਜਿਸ ਨੂੰ ਇਹਨਾਂ ਨੇ ਛਪਾ ਕੇ ਗੁਰਪੈਰ ਜਰਾਬ ਦੇ ਵਿੱਚ ਐਗਜ਼ਾਮੀਨੇਸ਼ਨ ਹਾਲ ਦੇ ਅੰਦਰ ਲੈ ਕੇ ਗਏ ਜਿਹੜਾ ਮੋਬਾਈਲ ਫੋਨ ਤੇ ਸੇਮ ਹੈ ਇੱਕ ਇੱਕ ਅਸਿਸਟ ਕਰਨ ਲਈ ਜਿਹੜਾ ਫੈਸਿਲੀਟੇਟਰ ਹੈ ਐਗਜ਼ਾਮ ਦੇ ਬਾਅਦ ਕਿਸੇ ਜਗ੍ਹਾ ਦੇ ਉੱਪਰ ਬੈਠ ਗਿਆ ਅੰਦਰੋਂ ਇਹਨਾਂ ਦਾ ਉਹਨਾਂ ਦੇ ਨਾਲ ਕਮਿਊਨੀਕੇਸ਼ਨ ਅਸਟੈਬਲਿਸ਼ ਹੋ ਗਿਆ ਔਰ ਜਿਹੜੀ ਪੇਪਰ ਦੀ ਸੀਰੀਜ਼ ਹੈ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ 3-4 ਤਰ੍ਹਾਂ ਦੇ ਕੁਸ਼ਚਨ ਆਂਸਰ ਪੇਪਰ ਜਮ੍ਹਾਂ ਕਰਕੇ ਪਾਏ ਜਾਂਦੇ ਆ ਜੋ ਸੀਰੀਜ਼ ਇਹ ਹੈ ਕਿਸੇ ਕੋਲ ਬੀ ਹੈ ਅਤੇ ਇਹ ਸੀਰੀਜ਼ ਹੈ ਤਾਂ ਉਹਨੇ ਇੱਕ ਵਾਰੀ ਖਾ ਕੇ ਇਸ਼ਾਰਾ ਕਰਤਾ ਬਾਹਰ ਪਤਾ ਲੱਗਿਆ ਜੀ ਇਹ ਸੀਰੀਜ਼ ਦਾ ਪੇਪਰ ਹੈ ਇਹਦੇ ਕੋਲ ਜੇ ਕਿਸੇ ਕੋਲ ਬੀ ਸੀਰੀਜ਼ ਆਇਆ ਤਾਂ ਉਹਨੇ 2 ਵਾਰੀ ਖਾਂਦਾ ਜਾਂ 2 ਵਾਰੀ ਮੇਜ ਨੋਟ ਕਰਤਾ ਔਰ ਇਹਨਾਂ ਨੂੰ ਕੁਸ਼ਚਨ ਆਂਸਰ ਪੇਪਰ ਬਾਹਰੋਂ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਸੋ ਇਸ ਬੈਡ ਪ੍ਰੈਕਟਿਸ ਦੇ ਨਾਲ ਇਲੈਕਟ੍ਰੋਨਿਕ ਡਿਵਾਈਸਿਸ ਦੀ ਹੈਲਪ ਦੇ ਨਾਲ ਇਹ ਫੈਸਿਲੀਟੇਟਰ ਜਿਹੜੇ 5 ਅਸੀਂ ਅਰੈਸਟ ਕੀਤੇ ਹੈ ਇਹਨਾਂ ਨੇ ਆਪਣਾ ਕ੍ਰਾਈਮ ਇਨਵੈਸਟ ਕੀਤਾ ਇਹਨਾਂ ਦੇ ਕੋਲੋਂ ਅਸੀਂ 11 GSM ਇਕਵਿਪਮੈਂਟ ਰਿਕਵਰ ਕੀਤੀ ਹੈ ਸਿਮ ਵੀ ਰਿਕਵਰ ਹੋਏ ਆ ਮੋਬਾਈਲ ਫੋਨ ਵੀ ਰਿਕਵਰ ਹੋਇਆ ਲੈਪਟੋਪ ਵੀ ਅਸੀਂ ਰਿਕਵਰ ਕੀਤਾ ਫਰਦਰ ਦੀ ਇੰਟੈਲੀਗੇਸ਼ਨ ਜਿਹੜੀ ਹੈ ਸਪੈਸ਼ਲ ਟੀਮ ਅਸੀਂ ਕਾਸਟ ਕੀਤੀ ਹੈ ਕਾਊਂਟਰ ਇੰਟੈਲੀਜੈਂਸ ਵਿੰਗ ਪਟਿਆਲਾ ਪੁਲਿਸ ਜੁਆਇੰਟਲੀ ਇਸ ਆਪਰੇਸ਼ਨ ਨੂੰ ਦੇਖ ਰਿਹਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਸਾਡਾ ਫੋਕਸ ਹੋਊਗਾ ਕਿ ਜਿਹੜੇ ਜਿਹੜੇ ਕੈਂਡੀਡੇਟਸ ਨੇ ਇਸਦਾ ਬੈਨੀਫਿਟ ਲਿਆ ਉਹ ਵੀ ਇਸ ਜਿਹੜੀ ਤਫਤੀਸ਼ ਦੇ ਘੇਰੇ ਦੇ ਵਿੱਚ ਆਉਣਗੇ ਕਿੰਨੇ ਕੈਂਡੀਡੇਟ ਆਏ ਨੇ ਜੋ ਇਸਦੀ ਇੰਟੀਮੇਸ਼ਨ ਐਫ ਆਈ ਆਰ ਦੀ ਡਿਟੇਲਸ ਵੀ ਅਸੀਂ ਚੇਅਰਮੈਨ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਉਹਨਾਂ ਨੂੰ ਦੇ ਦਿੱਤੀ ਹੈ ਅਤੇ ਫਾਈਨੈਂਸ਼ੀਅਲ ਕਮਿਸ਼ਨਰ ਰੈਵਨਿਊ ਪੰਜਾਬ ਜਿਹੜਾ ਕਿ ਰੈਵਨਿਊ ਡਿਪਾਰਟਮੈਂਟ ਦੀ ਗਵਰਨਮੈਂਟ ਸਾਈਡ ਤੋਂ ਹੈਡ ਕਰਦੇ ਆ ਉਹਨਾਂ ਨੂੰ ਇੰਟੀਮੇਸ਼ਨ ਪਹੁੰਚਾ ਦਿੱਤੀ ਗਈ ਹੈ ਕਿ ਇਸ ਕੇਸ ਦੇ ਵਿੱਚ ਐਫ ਆਈ ਆਰ ਰਜਿਸਟਰ ਹੋਈ ਹੈ ਅਤੇ ਸਿਲੈਕਸ਼ਨ ਦੇ ਪ੍ਰੋਸੈਸ ਦੇ ਵਿੱਚ ਕੁਛ ਕੈਂਡੀਡੇਟਸ ਨੇ ਜਿਹੜੀ ਹੈ ਸਾਡੇ ਸਾਹਮਣੇ ਆਇਆ ਕਿ ਉਹਨਾਂ ਨੇ ਮੈਰਿਟ ਪ੍ਰੈਕਟਿਸ ਜਿਹੜਾ ਐਗਜ਼ਾਮ ਕੰਡਕਟ ਕਰਕੇ ਆਪਣੇ ਆਪ ਨੂੰ ਸਿਲੈਕਟ ਹੋਇਆ ਸਰ ਕਿੰਨੇ ਕੈਂਡੀਡੇਟ
देखो सो फार असि किसी कैंडिडेट अरेस्ट नहीं किया सिर्फ फैसिलिटेटर अरेस्ट किए उन्होंने इक्विपमेंट असी जी है रिकवर की थी और उस असी टैक्निकली इस चीज़ को स्टैबलिश किया कि वाकई इक्विपमेंट है उस एग्जामीनेशन सेंटर से यूज हुई है बिकॉज एट द टाइम ऑफ एग्जामीनेशन कोई चीज़ रिकवर नहीं हुई ना फिर जी एस एम पकड़ी गई है ना ही बैट्स पकड़े गए लेकिन अब जी इक्विपमेंट पकड़ी गई है टैक्निकली असी इस चीज़ को स्टैबलिश कर रहे हैं और किया भी है कि उन्होंने एग्जामीनेशन सेंटर के बाहर लोकेशन आई हैं मोबाइल दी और किस तरह यूज की गई नहीं आता मैं पहला दस चुका जो फैसिलिटेटर अरेस्ट होया उन्होंने को उन्होंने सानू दसिया कि 22 लाख रुपया पर कैंडीडेट असी उन्होंने किया होश अमाउंट पहला नहीं है उस अमाउंट उन्होंने बाद लैनी है कि जो उन्होंने हाथ सिलेक्शन लैटर आ जाएंगे लेकिन यह प्रोसैस अभी कंप्लीट नहीं होया गवर्नमेंट लैवल एजुकेशन चलेगी इन्हों गवर्नमेंट ने इन्हों का सिलेक्शन प्रोसैस जो स्टे किया हुआ किसी अपॉइंटमेंट लैटर से इसको काम नहीं मिले ਅਸੀਂ ਐਫਆਰ ਦੀ ਰਜਿਸਟਰ ਤੋਂ ਬਾਅਦ ਇੰਟੀਗ੍ਰੇਸ਼ਨ ਜਿਹੜੀ ਹੈ ਰਾਈਟ ਕੁਆਰਟਰ ਤੇ ਦੇ ਦਿੱਤੀ ਹੈ ਜਿਸਨੂੰ ਆਪਸਰ ਸਰ ਸਾਦਿਸ਼ਤਾਰ ਹੈ ਕਿ ਸਰ देखो मैं आप जी दसदा कि फिलहाल असी कैंडीडेट्स नू अरेस्ट करन तो पहला जिहड़ा जिहड़ा भी स्केच आउंदा कंप्लीट एविडेंस अपने कोल लाउणा चाहते हैं कुछ कड़ियां जिहड़ी अज साडे पास नहीं है थोड़ी थोड़ी ड्यूरिंग इन्वेस्टिगेशन 5 फैसिलिटेटर खड़े है इहदे नाल कुछ होर बंदे भी है तो सारे अरेस्ट होने तो बाद कंप्लीट पिक्चर जिहड़ी है वो आ जाएगी और सबसीक्वेंट प्रेस कॉन्फ्रेंस से दस्या जाएगा बिकॉज इट्स अ वेरी इंपॉर्टेंट जिहड़ी है एक बड़ा इंपॉर्टेंट अहुदा गिणा जाता पंजाब दे विच इलेक्शन प्रोसेस जिहड़ा वो इनिशिएट किया कुछ लोगों ने सो वी शेयर मीडिया के नाल सबसीक्वेंट डेज दे विच एक स्पेशल टीम कॉन्स्टिट्यूट हुई है वो असीं मीडिया दे फ्रेंड्स नाल मीडिया नाल असीं शेयर करांगे इस तो पहला भी सर अहिजे एग्जाम होए ने कि इहनां दी इनवॉल्वमेंट किसी होर एग्जाम च भी पाई गई है नहीं सो फार नैट की उधार दे एग्जाम तों अलावा ਬੜੇ ਹੋਰ ਕੋਈ ਐਵਿਡੈਂਸ ਨਹੀਂ ਆ ਰਿਹਾ ਕਿੰਨੇ ਸੈਂਟਰਸ ਚ ਹੋਇਆ ਸਰ ਸਰ ਇਸ ਐਗਜ਼ਾਮੀਨੇਸ਼ਨ ਦੇ ਵਿੱਚ ਇਹਨਾਂ ਨੇ ਇਸ ਤਰ੍ਹਾਂ ਦੀ ਇਕੁਇਪਮੈਂਟ ਜਿਹੜੀ ਹੈ ਇਲੈਕਟ੍ਰੋਨਿਕ ਡਿਵਾਈਸ ਯੂਜ਼ ਕਰਕੇ ਇਲੈਕਸ਼ਨ ਪ੍ਰੋਸੈਸ ਨੂੰ ਜਿਹੜਾ ਹੈ ਸਰ ਕਿੰਨੇ ਸੈਂਟਰਸ ਚ ਹੋਇਆ ਕਿੰਨੇ ਉਮੀਦਵਾਰਾਂ ਨਾਲ ਸੌਦਾ ਹੋਇਆ ਸੀ ਸਰ ਇਹਨਾਂ ਦਾ ਕੋਈ ਗਿਣਤੀ ਦੱਸ ਦਿਓ ਤੁਸੀਂ ਉਹ ਫਿਰ ਤੇ ਸਾਡਾ ਗਿਣਤੀ ਦੱਸ ਦਿਓ ਨਾਮ ਆਇਆ ਸੀ ਗਿਣਤੀ ਦੱਸ ਦਿਓ ਸੈਂਟਰ ਕਿੰਨੇ ਕੁਝ ਕਿਹੜੇ ਸੈਂਟਰਸ ਚ ਹੋਇਆ ਸਰ ਸਰ ਗਿਣਤੀ ਦੱਸ ਦਿਓ ਗਿਣਤੀ ਦੱਸ ਦਿਓ ਸੈਂਟਰ ਵੀ ਤੁਹਾਨੂੰ ਹਾਲੇ ਗਰਾਫ ਤੁਸੀਂ ਮੇਰੀ ਇਸ ਗੱਲ ਨੂੰ ਸਮਝੋ ਕਿ ਨੈਕਸਟ ਕਾਨਫਰੰਸ ਦੇ ਵਿੱਚ ਅਸੀਂ ਕੈਂਡੀਡੇਟਸ ਦਾ ਨਾਮ ਉਹ ਕੈਂਡੀਡੇਟ ਅਰੈਸਟ ਹੋ ਜਾਣੇ ਆ ਜਦੋਂ ਕੈਂਡੀਡੇਟ ਅਰੈਸਟ ਹੋ ਜਾਂਦਾ ਹੈ ਅਸੀਂ ਕੋਰਟ ਪੇਸ਼ ਕਰਦੇ ਹਾਂ ਸੋ ਵੀ ਕੀ ਪਹਿਲੇ ਦੀ ਟ੍ਰਾਂਸਪੇਰੈਂਟ ਨਹੀਂ ਸਰ ਨਾਮ ਨਾ ਦੱਸੋ ਗਿਣਤੀ ਦਾ ਸੁਣੋ ਅੱਜ ਕੀ ਹੈ ਕੈਂਡੀਡੇਟ ਬਾਅਦ ਕੱਟ ਨਹੀਂ ਸਕਦੇ ਆ ਬਿਕੋਜ਼ ਇਹ ਸਾਰਾ ਇਨਵੈਸਟੀਗੇਸ਼ਨ ਟੈਕਨੀਕਲ ਡਾਟਾਬੇਸ ਹੈ ਹਾਂਜੀ ਸਰ ਠੀਕ ਹੈ ਮੌਕੇ ਤੇ ਕੋਈ ਚੀਜ਼ ਰਿਕਵਰ ਨਹੀਂ ਹੋਈ ਲੇਕਿਨ ਅਦਰ ਯੂਜ਼ ਕੀਤੀ ਗਈ ਹੈ ਇੱਕ ਸੇਮ ਕੈਂਡੀਡੇਟ ਨੇ ਯੂਜ਼ ਕੀਤਾ ਇੱਕ ਬਾਹਰ ਜਿਹੜਾ ਫੈਸਿਲੇਟੇਟਰ ਬੈਠਾ ਉਹਨੇ ਯੂਜ਼ ਕੀਤਾ ਇੱਕ ਉਹਨਾਂ ਦਾ ਕੰਟਰੋਲ ਰੂਮ ਤੇ ਬੈਠ ਕੇ ਸਿਸਟਮ ਚੱਲ ਰਿਹਾ ਸਰ ਇਹ ਨੰਬਰ ਅਲੱਗ ਅਲੱਗ ਤਿੰਨਾਂ ਚੀਜ਼ਾਂ ਦਾ ਆਪਸ ਦੇ ਵਿੱਚ ਜਦੋਂ ਕਨੈਕਟ ਹੋਇਆ ਉਹ ਚੀਜ਼ ਸਾਡੇ ਪਾਸ ਪਹੁੰਚੀ ਫਿਰ
फर्स्ट ऑफ ऑल असि पार्ट वन जो फ्लिट एड्रैस करके मीडिया के सामने लिया है और इन्वेस्टिगेशन के बाद जो जो कैंडिडेट्स ने मैन प्रैक्टिस की है वो मोस्टली पटियाला के सुरू देर राम होने के लिए ज्यादा लोगों की सिलेक्शन हुई है जिस सीट से सस्पेक्ट किया गया और इस एरिया ਦੇ ਵਿੱਚ ਇਨਵੈਸਟੀਗੇਸ਼ਨ ਫੋਕਸ ਕਰਕੇ ਤਾਂ ਉਹ ਬ੍ਰੇਕ ਹੋ ਗਈ ਹੈ। ਹਾਂਜੀ ਸਾਹਿਬ ਆਈਲੈਟਸ ਤੇ ਵੀ ਫਿਗਰ ਦਾ ਕਨੈਕਸ਼ਨ ਕੋਈ ਨਹੀਂ। ਆਈਲੈਟਸ ਨਾਟ ਕੋਈ ਕਨੈਕਸ਼ਨ। ਦੇ ਦੇਣਾ ਪਿੰਨ ਲਿਖਿਆ ਦੇ ਦੇਣਾ ਹੈ ਨਾ ਦੇ ਦੇਣਾ ਦੇ ਮਾਤਲਾ ਜਾ ਦੇ ਨਾਲ ਹੋਏਗਾ ਨਾ ਜੀ। ਹਾਂ ਦੇ ਨਾਲ ਪਾਇਆ ਹੋਇਆ। ਚਲੋ ਸਰ ਜਿਹੜੇ ਸਭ ਤੋਂ ਮੋਰੀ ਰਹੇ ਨੇ ਉਹਨਾਂ ਚੋਂ ਵੀ ਕੋਈ ਹੈਗਾ 10 ਮੋਰੀ ਨੇ ਜਿਹੜੇ ਉਹਨਾਂ ਚੋਂ ਵੀ ਇੱਕਦਾਂ ਕੋਈ ਹੈਗਾ ਜਿਹੜੇ ਟੋਪਸ ਹੋਵੇ। ਚਲੋ ਮੈਂ ਇਹਦਾ ਦੱਸਦਾ। ਹਾਂਜੀ ਫਸਟ ਬੈਚ ਦੇ ਵਿੱਚ ਹੀ ਹੈ ਪਰ ਹੁਣ ਇਸ ਤੋਂ ਬਾਅਦ ਪਿਆ Thank you. Sir, I'll just separation back.